ਹਰੀ ਬ੍ਰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਲਾਉਣ ਲੱਗੇ ਆਪਾਂ ਸਕੁਆਟ। ਮੈਂ ਕੀ ਕੀਤਾ, ਜਿੱਦਾਂ ਰਬੜ ਲਾ ਲਈ ਇੱਥੇ, ਇਹਦੇ ਨਾਲ ਥੋੜ੍ਹਾ ਜ਼ੋਰ ਜ਼ਿਆਦਾ ਲੱਗਦਾ, ਠੀਕ ਹੈ ਜੀ, ਅਤੇ ਵਾਰਮ ਅਪ ਵੀ ਵਧੀਆ ਹੋ ਜਾਂਦਾ। ਵਾਹਿਗੁਰੂ ਕਿਰਪਾ ਕਰੇ। ਹੁੰਬੜੇ ਆ ਆਪਣਾ ਪਹਿਲਾ ਸੈੱਟ, ਤੇ ਇਹ ਹੈ ਜੀ 60 ਕਿਲੋ। ਆਪਾਂ ਲਾਵਾਂਗੇ ਇਹਦੇ 8 ਰੈਪ। ਵਾਹਿਗੁਰੂ ਮਹਾਰਾਜ ਕਿਰਪਾ ਕਰਨ। ਉਹ ਕਾਲੂ ਟ੍ਰਾਈਸੈਪਸ, ਅਤੇ ਇਹ ਟ੍ਰਾਈਸੈਪਸ ਦੀਆਂ ਉਹ ਐਕਸਰਸਾਈਜ਼ਾਂ ਹੋਣੀਆਂ ਜਿਹਦੇ ਨਾਲ ਤੁਸੀਂ ਆਪਣੇ ਬੈਂਚ ਪ੍ਰੈਸ ਇਨਕਰੀਜ਼ ਕਰ ਸਕਦੇ ਹੋ। ਸਭ ਤੋਂ ਪਹਿਲਾਂ ਕਲੋਜ਼ ਬੈਂਚ ਟ੍ਰਾਈਸੈਪਸ। ਵਾਹਿਗੁਰੂ ਵਾਹਿਗੁਰੂ ਤੇ ਇਹ ਵੀ ਆਪਾਂ ਸੇਮ ਵੇਟ ਨਾਲ ਹੀ ਲਾਵਾਂਗੇ। ਵਾਹਿਗੁਰੂ ਜ਼ਿਆਦਾ ਹੈਵੀ ਨਹੀਂ ਜਾਣਾ ਅੱਜ ਟ੍ਰਾਈਸੈਪ ਤੇ। ਵਾਹਿਗੁਰੂ ਵਾਹਿਗੁਰੂ ਕੋਸ਼ਿਸ਼ ਕਰਿਓ ਵੀ ਐਲਬੋ ਤੁਹਾਡੀ ਲੈਟਸ ਦੇ ਲੱਗੇ ਹੋਏ। ਵਾਹਿਗੁਰੂ ਆਪਣੀ ਸੈਕਿੰਡ ਐਕਸਰਸਾਈਜ਼। ਵਾਹਿਗੁਰੂ ਇਹ 'ਚ ਕੋਸ਼ਿਸ਼ ਕਰਿਓ ਤੁਹਾਡੀ ਬੋਡੀ ਸਾਰੀ ਟਾਈਟ ਹੋਵੇ, ਇੰਜਰੀ ਨਾ ਹੋਵੇ, ਲੂਜ਼ ਨਹੀਂ ਰੱਖਣੀ, ਅਤੇ ਬਾਕੀ ਟ੍ਰਾਈਸੈਪ 'ਤੇ ਜ਼ੋਰ ਆਉਣਾ ਚਾਹੀਦਾ। ਵਾਹਿਗੁਰੂ ਵਾਹਿਗੁਰੂ ਲੌਂਗ ਹੈਡ ਵਧੀਆ ਟ੍ਰੇਨ ਹੋ ਜਾਂਦਾ ਇਹ ਐਕਸਰਸਾਈਜ਼ ਨਾ। ਵਾਹਿਗੁਰੂ ਹਾਂਜੀ ਵੇਟ ਥੋੜ੍ਹਾ ਇਨਕਰੀਜ਼ ਕਰ ਦਈਏ ਅਤੇ ਰੈਪ ਕੋਸ਼ਿਸ਼ ਕਰਾਂਗੇ 15 ਹੀ ਲੱਗਣ। ਵਾਹਿਗੁਰੂ 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 ਹੋਲਡ ਕਰਾਂਗੇ ਇੱਥੇ ਹੁਣ ਆਪਾਂ। ਹਾਂ
ਬੜਿਆ ਲਾਵਾਂਗੇ ਆਪਾਂ ਇਹਦਾ ਲਾ ਸੈਟ, ਇਸ ਤੋਂ ਬਾਅਦ ਟਰਾਈ ਕਰ ਡਨ। ਵਾਹਿਗੁਰੂ 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 ਵਾਹਿਗੁਰੂ। ਹਾਂਜੀ ਇਹ ਸੀ ਜੀ ਇਸ ਦਾ ਟ੍ਰਾਈਸੈਪ ਦਾ ਵਰਕਆਊਟ। ਇਹਨਾਂ ਕੋਲ ਵਰਕਆਊਟ ਬਹੁਤ ਹੁੰਦਾ ਤੁਹਾਡੇ ਮਸਲ ਮਨ ਅਤੇ ਸਟਰੈਂਥ ਗੇਨ ਕਰਨ ਲਈ। ਇਹ ਵਰਕਆਊਟ ਲਾਓਗੇ ਤੁਹਾਡੀ ਬੈਂਚ ਪ੍ਰੈਸ ਵੀ ਜ਼ਰੂਰ ਵਧੂਗੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ। ਆਪਣਾ ਇਹਦਾ ਸੈਕਿੰਡ ਸੈੱਟ, ਇਹ ਵੇਟ ਥੋੜ੍ਹਾ ਵਧਾ ਲਈਏ। ਹਾਓ ਵਾਹਿਗੁਰੂ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਹੋਲਡ ਹਾਂ ਹੋਲਡ ਹਾਂ ਵਾਹਿਗੁਰੂ। ਫੋਕਸ ਰੱਖਿਆ ਕਰੋ ਵੀ ਤੁਹਾਡੀ ਟ੍ਰਾਈਸੈਪ ਤੇ ਜ਼ੋਰ ਪੂਰਾ ਆਵੇ, ਹੋਰ ਕਿਸੇ ਮਸਲ ਤੇ ਨਾ ਆਵੇ, ਠੀਕ ਹੈ ਜੀ। ਇਹਦੇ ਲਾਉਂਦੇ ਵਿੱਚ ਮਾੜਾ ਮੋਟਾ ਤੁਹਾਡੇ ਸ਼ੋਲਡਰ ਤੇ ਵੀ ਜ਼ੋਰ ਆਉਂਦਾ ਪਰ ਜ਼ਿਆਦਾ ਨਹੀਂ ਆਉਣਾ ਚਾਹੀਦਾ। ਜਦੋਂ ਤੁਸੀਂ ਆਪਣੇ ਜਿੰਨੇ ਵੀ ਰੈਪ ਲਾਉਣੇ ਲਾ ਲਏ 10-15, ਉਸ ਤੋਂ ਬਾਅਦ ਆਖਰੀ 3-4 ਰੈਪ ਐਂ ਹੋਲਡ ਕਰਕੇ ਇਹ ਚੀਸਾਂ ਨਿਕਲਣ ਸਰੀਰ 'ਚੋਂ। ਸੈੱਟ ਹੈ ਇੱਥੇ ਘੁੰਮਲੇ ਵਾਹਿਗੁਰੂ 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 ਯਾ